ਪੰਜਾਬ ਭਰ ਦੇ ਵਿੱਚ ਪਟਵਾਰ ਐਸੋਸੀਏਸ਼ਨ ਦੇ ਜੋ ਮੈਂਬਰ ਸੀਗੇ ਪਟਵਾਰੀ ਸੀ ਪੰਜਾਬ ਦੇ ਉਹ ਹੜਤਾਲ 'ਤੇ ਇੱਕ ਤਰ੍ਹਾਂ ਗਏ ਹੋਏ ਸੀ। ਇਹ ਹੜਤਾਲ ਇੱਕ ਨਿਵੇਕਲੀ ਕਿਸਮ ਦੀ ਹੜਤਾਲ ਸੀ ਕਿਉਂਕਿ ਕੰਮ ਦੇ ਪ੍ਰੈਸ਼ਰ ਕਰਕੇ 4700 ਪਟਵਾਰੀਆਂ ਦਾ ਕੰਮ 1900 ਪਟਵਾਰੀ ਕਰ ਰਹੇ ਸੀ, ਜਿਸ ਕਰਕੇ ਉਹਨਾਂ ਨੇ ਵਾਧੂ ਹਲਕਿਆਂ ਦਾ ਜੋ ਭਾਰ ਸੀ ਉਹ ਕੰਮ ਕਰਨ ਤੋਂ ਮਨਾ ਕਰ ਦਿੱਤਾ ਸੀ। ਸਿਰਫ ਆਪਣੇ ਆਪਣੇ ਹਲਕਿਆਂ ਦੇ ਵਿੱਚ ਹੀ ਉਹ ਆਪਣੀ ਡਿਊਟੀ ਨਿਭਾ ਰਹੇ ਸੀ। ਪਰੰਤੂ FCR ਦਾ ਇੱਕ ਬੀਤੇ ਦਿਨ ਬਿਆਨ ਆਇਆ ਹੈਗਾ ਜਿਸ ਨੂੰ ਦੇਖ ਕੇ ਜੋ ਪਟਵਾਰੀ ਐਸੋਸੀਏਸ਼ਨ ਸੀ ਉਹਨਾਂ ਨੇ ਆਪਣੀ ਜੋ ਇਹ ਕੰਮ 'ਤੇ ਵਾਪਸ ਆ ਗਏ ਨੇ, ਆਪਣੀ ਜੋ ਹੜਤਾਲ ਸੀ ਉਹ ਇੱਕ ਤਰ੍ਹਾਂ ਤੋਂ ਵਾਪਸ ਲੈ ਲਈ ਹੈ, ਇੱਕ ਮਹੀਨੇ ਵਾਸਤੇ ਮੁਲਤਵੀ ਕਰ ਦਿੱਤੇ ਨੇ ਆਪਣੇ ਸਾਰੇ ਕੰਮ। ਮੇਰੇ ਨਾਲ ਇਸ ਵਕਤ ਪਟਵਾਰੀ ਐਸੋਸੀਏਸ਼ਨ ਦੇ ਪੰਜਾਬ ਭਰ ਦੇ ਇਹਨਾਂ ਦੇ ਅਹੁਦੇਦਾਰ ਖੜ੍ਹੇ ਨੇ ਅਤੇ ਢੀਂਡਸਾ ਸਾਹਿਬ ਹਰਵੇਸ਼ ਸਿੰਘ ਢੀਂਡਸਾ ਇਹਨਾਂ ਦੇ ਆਪਣਾ ਪ੍ਰੈਜੀਡੈਂਟ ਹੈਗੇ ਨੇ ਅਤੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਗੱਲ ਕਿੱਥੇ ਖੜੀ ਸੀ, ਕੀ ਸਰਕਾਰ ਨਾਲ ਮੁੱਕੀ ਹੈ ਅਤੇ ਅੱਗੇ ਤੋਂ ਇਹਨਾਂ ਦਾ ਜੋ ਪਲਾਨ ਹੋਊਗਾ ਐਕਸ਼ਨ ਦਾ ਉਹ ਕੀ ਹੋਊਗਾ। ਕੀ ਸਰ ਪਹਿਲਾਂ ਪ੍ਰੋਬਲਮ ਕੀ ਸੀ ਜਿਸ ਕਰਕੇ ਤੁਸੀਂ 21 ਜੂਨ ਤੋਂ ਕੰਮਾਂ 'ਤੇ ਨਹੀਂ ਸੀ ਜਾ ਰਹੇ? ਪ੍ਰੋਬਲਮ ਸਾਡੀ ਬਿਲਕੁਲ ਬੇਸਿਕ ਸੀਗੀ ਜੀ। ਅਸੀਂ ਨੌਜਵਾਨਾਂ ਦੀ ਭਰਤੀ ਔਰ ਜਿਹੜੇ ਸਾਡੇ ਭਰਤੀ ਹੋਏ ਮੁਲਾਜ਼ਮ ਨੇ ਉਹਨਾਂ ਨੂੰ ਮਤਲਬ ਸਾਡੇ 'ਚ 50% ਨੇ ਜਿਹੜੇ ਜਿਨ੍ਹਾਂ ਦਾ ਪ੍ਰੋਬੇਸ਼ਨ ਪੀਰੀਅਡ ਚੱਲ ਰਿਹਾ ਸੀਗਾ ਉਹਨਾਂ ਨੂੰ ਮਤਲਬ ਤਨਖਾਹ 10,000 ਰੁਪਏ ਮਿਲ ਰਹੀ ਸੀ। ਉਹਦੇ ਕਰਕੇ ਅਸੀਂ ਪੰਜਾਬ ਦੇ ਵਿੱਚ ਜਿਹੜੇ 8200 ਪਿੰਡ ਸੀ ਵਾਧੂ ਸਰਕਲ ਦੇ ਸਾਨੂੰ ਮਤਲਬ ਦਿੱਤੇ ਹੋਏ ਬਤਾਓ ਬਿਨਾਂ ਕਿਸੇ ਮਿਹਨਤਾਨੇ ਤੋਂ ਉਹ ਅਸੀਂ ਕੰਮ ਛੱਡਿਆ ਹੋਇਆ ਸੀਗਾ ਰੋਸ ਵਜੋਂ ਔਰ ਜਿਹਦੇ ਸਾਡੇ ਦਬਾਓ ਥੱਲੇ ਕਿਉਂਕਿ 2 ਮਈ ਨੂੰ ਇਹਨਾਂ ਨੇ ਪਹਿਲਾਂ ਇਗਜ਼ਾਮ ਰੱਖਿਆ ਉਹ ਕਰੋਨਾ ਕਾਰਨ ਮੁਲਤਵੀ ਕਰਤਾ, ਸਾਡੀ ਜਥੇਬੰਦੀ ਦੇ ਦਬਾਅ ਕਰਕੇ ਔਰ ਸਾਨੂੰ ਜੋ ਪਬਲਿਕ ਨੇ ਸਪੋਰਟ ਦਿੱਤੀ ਉਹਦੇ ਸਾਡੇ ਮਤਲਬ ਦਬਾਅ ਕਰਕੇ 8 ਅਗਸਤ ਨੂੰ ਪੇਪਰ ਹੋਇਆ ਔਰ ਉਸ ਤੋਂ ਬਾਅਦ ਹੁਣ ਅਗਲਾ ਪੇਪਰ ਜਿਹੜਾ ਉਹ 5 ਸਤੰਬਰ ਨੂੰ ਹੋਣ ਜਾ ਰਿਹਾ। ਉਹ ਤਕਰੀਬਨ 1090 ਦੀ ਭਰਤੀ ਪ੍ਰਕਿਰਿਆ ਬਿਲਕੁਲ ਫਾਈਨਲ ਹੋਣ ਲੱਗੀ ਆ ਔਰ ਸਰਕਾਰ ਸਾਡੀ ਜਿਹੜੀ ਰਹਿੰਦੀ ਭਰਤੀ ਆ ਬਾਕੀ ਦੀ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਆ ਔਰ ਸਾਨੂੰ ਇਸ ਗੱਲ ਦਾ ਭਰੋਸਾ ਦਿੱਤਾ ਵੀ ਜਿੰਨੀਆਂ ਪੋਸਟਾਂ ਖਾਲੀ ਨੇ ਜੋ ਅਸੀਂ 3000 ਦੀ ਭਰਤੀ ਦੀ ਮੰਗ ਕਰ ਰਹੇ ਸੀ ਸਾਡੀ ਪੂਰੀ ਭਰਤੀ ਉਹ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਰੈਗੂਲਰ ਭਰਤੀ ਅਸੀਂ ਕਰਾਂਗੇ, ਕੋਈ ਅਸੀਂ ਕੰਟਰੈਕਟ 'ਤੇ ਭਰਤੀ ਨਹੀਂ ਕਰਾਂਗੇ ਔਰ ਇਹ ਸਾਡੇ ਸਾਰੇ ਭਰੋਸੇ ਤੋਂ ਬਾਅਦ ਜਿਹੜਾ ਹੈਗਾ ਅਸੀਂ ਅੱਜ ਸਮੁੱਚੀ ਦੀ ਰੈਵਨਿਊ ਪਰਿਵਾਰ ਯੂਨੀਅਨ ਦੀ ਰੈਵਨਿਊ ਕਾਨੂੰਨ ਯੂਨੀਅਨ ਦੀ ਤਾਲਮੇਲ ਕਮੇਟੀ ਨੇ ਅੱਜ ਇੱਥੇ ਮੀਟਿੰਗ ਕੀਤੀ ਆ। ਮੀਟਿੰਗ ਕਰਕੇ ਅਸੀਂ ਜੋ ਸਾਡੇ ਸਰਕਾਰ ਨੇ ਸਮਾਂ ਮੰਗਿਆ ਇਹ ਮੰਗਾਂ ਦੇ ਇੰਪਲੀਮੈਂਟੇਸ਼ਨ 'ਚ ਜੋ ਮਾਣਯੋਗ ਵਿੱਤ ਕਮਿਸ਼ਨਰ ਮਾਲ ਅਡੀਸ਼ਨਲ ਚੀਫ ਸੈਕਟਰੀ ਮੈਡਮ ਰਵਨੀਤ ਕੌਰ ਜੀ ਨੇ ਕੱਲ੍ਹ ਪ੍ਰੈਸ ਨੋਟ ਜਾਰੀ ਕਰਕੇ ਸਾਰੀ ਪ੍ਰੈਸ ਨੂੰ ਵੀ ਜਾਣਕਾਰੀ ਦਿੱਤੀ ਆ ਵੀ ਜਿਹੜੇ ਸਾਡੇ 5 ਮਸਲੇ ਸੀ ਉਹਦੇ ਵਿੱਚ ਉਹ ਪ੍ਰੈਸ ਨੋਟ 'ਚ ਆਏ ਨੇ, ਬਾਕੀ ਸਾਡੇ ਰਹਿੰਦੇ ਮਸਲੇ ਸੀਗੇ ਜਿਹਦੇ ਵਿੱਚ ਸਾਡੀ ਪਟਵਾਰੀਆਂ ਨੂੰ ਕੰਪਿਊਟਰ ਦੇਣ ਦੀ ਮੰਗ ਆ ਜਿਹਦੇ ਵਿੱਚ ਅਸੀਂ ਬਰਾਸ ਕਾਨੂੰ ਕੋਈ ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ ਪਾਇਲਟ ਪ੍ਰੋਜੈਕਟ ਚੱਲ ਰਿਹਾ ਜਿਹਦੇ ਵਿੱਚ ਸਾਡੇ ਪਟਵਾਰੀਆਂ ਨੂੰ ਸੌਫਟਵੇਅਰ ਦਿੱਤਾ ਹੋਇਆ, ਅਸੀਂ ਅੱਜ ਉਹ ਮੰਗ ਕੀਤੀ ਆ ਕਿ ਉਹ ਬਰਾਸ ਕਾਨੂੰ ਦੀ ਜਗ੍ਹਾ 'ਤੇ ਸਾਰੇ ਪੰਜਾਬ ਦੇ ਵਿੱਚ ਇਹ ਪਾਇਲਟ ਪ੍ਰੋਜੈਕਟ ਲਾਗੂ ਹੋਣਾ ਚਾਹੀਦਾ ਜਿਹਦੇ ਵਿੱਚ ਸਾਡੇ ਜੋ ਸਾਡੇ ਮੀਡੀਏਟਰ ਸੀ ਸਾਨੂੰ ਉਹਨਾਂ ਨੇ ਭਰੋਸਾ ਦਵਾਇਆ ਕਿ ਜਿਹੜਾ ਇਹ ਪਟਵਾਰੀਆਂ ਨੂੰ ਸੌਫਟਵੇਅਰ ਆ ਜਿਹੜੇ ਸਾਰੇ ਪੰਜਾਬ ਦੇ ਵਿੱਚ ਜਲਦ ਦਿੱਤਾ ਜਾਊਗਾ, ਜਿਹੜੇ ਪਟਵਾਰੀ ਆਪ ਸਵੈ ਇੱਛਾ ਨਾਲ ਕੰਮ ਕਰਨਾ ਚਾਹੁੰਦੇ ਨੇ। ਇਸ ਵਕਤ ਸਾਡੇ ਸਾਰੇ ਹੀ ਪਟਵਾਰੀ ਆਪ ਦਾ ਕੰਮ ਆਪ ਕਰਨਾ ਚਾਹੁੰਦੇ ਨੇ ਕਿਉਂਕਿ ਸਾਰੇ ਨੌਜਵਾਨ ਨੇ। ਇਹ ਸਾਡੀਆਂ ਮੰਗਾਂ ਨੂੰ ਜੋ ਗੱਲਬਾਤ ਸਿਰੇ ਪਹੁੰਚੀ ਆ ਕਿਉਂਕਿ ਜੋ ਸਾਡੇ 8200 ਪਿੰਡਾਂ ਦਾ ਕੰਮ ਬੰਦ ਕਰਨ ਨਾਲ ਜਿੱਥੇ ਪਬਲਿਕ ਦਾ ਜ਼ਿਆਦਾ ਨੁਕਸਾਨ ਹੋ ਰਿਹਾ ਸੀ, ਪਬਲਿਕ ਦੇ ਸਰਟੀਫਿਕੇਟ ਪਬਲਿਕ ਦੀਆਂ ਕੰਮ ਕਾਰ ਬੜੇ ਲੰਬੇ ਚਿਰ ਤੋਂ ਪ੍ਰਭਾਵਿਤ ਸੀਗੇ ਔਰ ਅਸੀਂ ਪਬਲਿਕ ਖੇਤਰ ਨੂੰ ਮੁੱਖ ਰੱਖਦੇ ਹੋਏ ਸਰਕਾਰ ਨੂੰ ਇਹ ਮੰਗਾਂ ਨੂੰ ਜੋ ਅੱਜ ਸਾਨੂੰ ਉਹਨਾਂ ਨੇ ਸਹਿਮਤੀ ਦਿੱਤੀ ਆ ਇਹ ਮੰਗਾਂ ਨੂੰ ਲਾਗੂ ਕਰਨ ਵਾਸਤੇ 1 ਮਹੀਨੇ ਦਾ ਸਾਡੇ ਤੋਂ ਉਹਨਾਂ ਸਮਾਂ ਮੰਗਿਆ, ਅਸੀਂ ਇਹ ਸਿਰਫ 1 ਮਹੀਨੇ ਵਾਸਤੇ ਹੀ ਮੁਲਤਵੀ ਕੀਤਾ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ 2 ਅਕਤੂਬਰ ਨੂੰ ਸਾਡੀ ਸਟੇਟ ਬੋਡੀ ਦੀ ਮੀਟਿੰਗ ਕਰਕੇ ਜਿੱਥੋਂ ਅਸੀਂ ਇਹ ਐਕਸ਼ਨ ਅੱਜ ਛੱਡ ਰਹੇ ਹਾਂ ਉੱਥੋਂ ਅਸੀਂ ਦੁਬਾਰਾ ਸ਼ੁਰੂ ਕਰਨ ਵਾਸਤੇ ਫਿਰ ਮਜਬੂਰ ਹੋਵਾਂਗੇ ਜੇ ਕੋਈ ਇਹ 'ਚ ਸਰਕਾਰ ਨੇ ਕੋਈ ਆਨਾਕਾਨੀ ਕੀਤੀ ਜਾਂ ਕੋਈ ਚਾਲ ਚੱਲੀ। ਇਹ ਸਾਡੇ ਮਸਲੇ ਸੀਗੇ ਜੀ ਜਿਹਦੇ ਵਾਸਤੇ ਅੱਜ ਅਸੀਂ ਇੱਥੇ ਮੀਟਿੰਗ ਕਰਕੇ ਇਹ ਫੈਸਲਾ ਲਿਆ। ਸਰ ਜਦ ਤੁਸੀਂ 21 ਜੂਨ ਨੂੰ ਵਾਧੂ ਕੰਮ ਹੈ ਜਿਹੜਾ ਉਹ ਕਰਨ ਤੋਂ ਇਨਕਾਰ ਕਰ ਦਿੱਤਾ, ਉਹ ਵਾਧੂ ਕੰਮ ਹੈ ਕੀ ਸੀ? ਸਰ ਜਿਵੇਂ ਇੱਕ ਪਟਵਾਰੀ ਦੀ ਇੱਕ ਸਰਕਲ ਵਾਸਤੇ ਭਰਤੀ ਹੁੰਦੀ ਹੈ, ਇਸ ਵਕਤ ਪੰਜਾਬ ਦੇ ਵਿੱਚ 4716 ਪਟਵਾਰੀ ਚਾਹੀਦੇ ਨੇ। 4716 ਦੀ ਬਜਾਏ ਸਿਰਫ 1900 ਬੰਦਾ ਕੰਮ ਕਰ ਰਿਹਾ, 1900 ਬੰਦਾ 4700 ਬੰਦੇ ਦਾ ਕੰਮ ਚਲਾ ਰਿਹਾ ਸੀਗਾ। ਅਸੀਂ ਉਹ ਜਿਹੜਾ ਸਾਡੇ ਕੋਲ 2800-2900 ਦਾ ਜਿਹੜਾ ਵਾਧੂ ਕੰਮ ਸੀਗਾ ਉਹ ਅਸੀਂ ਛੱਡਿਆ ਹੋਇਆ ਸੀ, ਜਿਹਦੇ ਵਿੱਚ ਟੋਟਲ ਕੰਮ ਆ ਜੀ ਉਹ, ਕੋਈ ਅਸੀਂ ਕੋਈ ਖਾਸ ਕੰਮ ਨਹੀਂ, ਉਸ ਸਰਕਲ ਦਾ ਪੱਕਾ ਕੰਮ। ਜਿਵੇਂ ਹੁਣ ਇੱਕ ਜ਼ਿਲ੍ਹੇ ਦੇ ਵਿੱਚ ਪਟਵਾਰੀਆਂ ਦੀ ਲੋੜ 400 ਦੀ ਆ, ਉੱਥੇ 125 ਪਟਵਾਰੀ ਕੰਮ ਕਰ ਰਹੇ ਨੇ, ਤਾਂ ਜਿਹੜਾ ਬਾਕੀ ਦੇ ਮਤਲਬ 275 ਹਲਕੇ ਸੀ ਉਹ ਸਾਡੇ ਉਹ ਬੰਦ ਕੀਤੇ ਹੋਏ ਸੀਗੇ। ਮਤਲਬ ਓਵਰ ਬਰਡਨ ਤੁਹਾਨੂੰ ਕੀਤਾ ਹੋਇਆ ਸੀਗਾ, ਇਸ ਤੋਂ ਇਲਾਵਾ ਤੁਸੀਂ ਕੁਝ ਫਾਈਨੈਂਸ਼ੀਅਲ ਮੁੱਦਿਆਂ ਦੀ ਵੀ ਗੱਲ ਕਰ ਰਹੇ ਸੀ? ਹਾਂਜੀ, ਮੈਂ ਮੋਹਨ ਸਿੰਘ ਭੇੜਪਰਾ, ਕਾਨੂੰਨੀ ਸਕੱਤਰ ਕਾਨਵਰਸੇਸ਼ਨ ਪੰਜਾਬ ਅਤੇ ਮੈਂਬਰ ਤਾਲਮੇਲ ਕਮੇਟੀ ਪਟਵਾਰ ਯੂਨੀਅਨ ਕਾਨਵਰਸੇਸ਼ਨ ਪੰਜਾਬ। ਇੱਕ ਸਾਡਾ ਮਸਲਾ ਵੀ ਅਨੋਮਲੀ ਦਾ, ਕਿਉਂਕਿ 1186 ਤੋਂ ਸਮੁੱਚੇ ਪੰਜਾਬ ਦੇ ਪਟਵਾਰੀਆਂ ਨੂੰ 2 ਸਕੇਲਾਂ 'ਚ ਵੰਡਤਾ ਜੀ, 950, 1800, 1300, 1365, 2410। ਪਰ ਇਹ ਭਾਰਤੀ ਸੰਵਿਧਾਨ ਦੇ ਆਰਟੀਕਲ 39D ਦੀ ਉਲੰਘਣਾ ਸੀ, ਕਿਉਂਕਿ ਭਾਰਤ ਦੇ ਅੰਦਰ ਕਿਸੇ ਵੀ ਕੰਮ ਇੱਕੋ ਜਿਹਾ ਕੰਮ ਕਰਨ ਵਾਲਿਆਂ ਨੂੰ ਤਨਖਾਹ 'ਚ ਅੰਤਰ ਨਹੀਂ ਹੋ ਸਕਦਾ। ਪਰ ਸਾਡੇ ਇਹ ਅਨੋਮਲੀ ਇੱਥੋਂ ਤੱਕ ਚਲੀ ਗਈ ਵੀ ਇੱਕ ਆਪਣਾ 15 ਮਈ 1998 ਨੂੰ ਇਹ ਜਿਹੜਾ ਫੈਸਲਾ ਸਰਕਾਰ ਨੇ ਲਿਆ ਸੀ ਇਹ ਆਪਣਾ ਵਿਦਡਰਾਅ ਕਰ ਲਿਆ, ਪਰ ਉਹਦੇ ਨਾਲ ਸਾਡੀ ਅਨੋਮਲੀ ਹੋ ਗਈ ਕਿਉਂਕਿ ਸਾਡੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਟਵਾਰੀ ਜਿਹੜੇ 1982 'ਚ ਭਰਤੀ ਹੋਏ ਅਤੇ ਪਟਿਆਲੇ ਦੇ ਪਟਵਾਰੀ 91 'ਚ ਭਰਤੀ ਹੋਏ, ਪਰ 1991 'ਚ ਭਰਤੀ ਹੋਣ ਵਾਲੇ 1982 ਵਾਲਿਆਂ ਤੋਂ
15,000 रुपये वध तनखा लै रहे हैं। साढ़े को ऐसे भी केस आ गए, बंदा 1982 भर्ती होया तो कानगो भी बन गया, पर पटियाले दे ते फतेहगढ़ साहब दे 1991 च भर्ती होए पटवारी जिहड़े आ उह तनखा कानगो ते नैब तहसीलदारां नालों वध लै रहे हैं। हुण साडी पिछले दिन 25 अगस्त नूं जिहड़ी मीटिंग माल मंत्री सरदार गुरप्रीत सिंह जी कांगड़ ते मैडम FCR रवनीत कौर ते उहनां दी टीम दे नाल होई सी, असीं अपना पक्ष सारा उन्हें अगे रखे उन्होंने। तुसी चाहते हो कि वन डेजिनेशन ते वन इनकम की जाए? हाँ जी, असी ठीक है, असी मानते हैं फाइनैंशली तौर पर जो स्टेट आ साडी प्रॉब्लम आ, असी उस सहयोग देना चाहते हैं। साडा बकाया तो बनता 40-40 लाख, कुछ डिपार्टमेंट लै भी चुके ने। इस तरह का केस ITI का सीगा जां होमगार्ड का सीगा, होमगार्ड नूं इन्हां नूं बकाया देना पिया पुलिस के सिपाही के बराबर तखाण करन वास्ते 400 करोड़ रुपया सरकार नूं देना पिया। तो इस तरह असी ये सोचा भी साडा जिहड़ी 1-1-2016 तो हुण अनोमली होनी है, सानू सरकार ने विश्वास दिता मैडम FCR ने ते साडे माल मंत्री साहब ने भी एक फाइनांस की कमेटी बनाई जाऊगी जिहदे विच सानू भी लिया जाऊगा। वो जिहड़ी कमेटी है जल्दी रिपोर्ट दे के जिहड़ी अनोमली हुण कमेटी बननी आ साडी 1-1-2016 तो इन्हां ने साडी जिहड़ी पे आ वो एक सार करन दा सानू विश्वास दिता। और असीं अज समुचे पंजाब दे पटवारी कानूगो जिहड़े आ एक महीने का समा सरकार नूं दिंदे आ, और 2 तरीक नूं मीटिंग जो प्रधान जी ने दस्सिया ते जे तां साडे नाल कोई धोखा होया ते फिर असीं अपना मुड़ जिहड़ा संघर्ष जिथे छड्डांगे उत्थे लै के जावांगे। जे इन्हां ने साडा साथ दित्ता तां असीं भी पूरा साथ देवांगे। टिंडसा साहब, मेरा आखिरी सवाल है कि जेकर FCR तां चलो इक सरकारी अफसर हैगा, सरकार जान कंडे खड़ी है, पिछलियां लत्तां ते खड़ी है अपनी, ते अगर वादे पूरे नहीं हुंदे तां तुहाडा अगे नैक्सट जो कोर्स ऑफ एक्शन होगा की होगा? साडा जिहड़ा नैक्सट जिहड़ा एक्शन आ वो असी जिदा हुण प्रधान जी ने दस्सिया भी 2 अक्तूबर नूं असी जिहड़ी मीटिंग करांगे पटवारी ते कानूगो एसोसीएशन दी, उहदे विच जिहड़ा एक्शन आ जिदा असी आ 9 तरीक नूं असी माल मंत्री जिहदे रामपुरा फूल विच पंजाब दी जिहड़ी रैली करन जा रहे सी उहनूं हुण असी मुलतवी कीता वा, और इसे मुकाम तों असी चक के उही जिहड़ी रैली आ उह असी गाह 2 अक्तूबर नूं जो फैसला करांगे कित्थों ते किहड़ी रैली कित्थे करनी आ उह उस तों ही स्टार्ट करांगे भी, क्योंकि डिस्ट्रिक्ट लैवल ते असी पहलां धरने लाए ने, तहसील लैवल ते लाए ने, उह तां हो गए, हुण तां अगे जिहड़ा वधू कम आ उस ते असी जा के रैलियां करांगे। 1 महीने की, हाँ जी 1 महीने लिए दी असी 2 अक्तूबर शनिवार को असी मीटिंग लुधियाना मुकाम से रखांगे जिदे दोनों जथेबंदियां साडियां मीटिंग करनगियां। तो जिहड़ा हुण कल दी एक्शन आ जिहड़ा साडा कल दी एक्शन साडी 3 तरीक नूं जिहड़ी रैली रखी हुई है साडे तिने जथेबंदियां असी तालमेल कमेटी बनाई आ सांझी जिस दे विच DC इंपलाइज कर्मचारी पटवारी यूनियन ते कानूगो एसोसीएशन वह जिहड़ी मीटिंग साडियां मंगां कुछ तिने जथेबंदे दी आउंदियां और नहीं उहदे विच जिहड़ी सारी कल दी रैली इत्थे मोहाली मुकाम ते YBS चौंक दे विच कल रखी गई आ 11 बजे तो ला के वह पंजाब दे विचों जिन्ने पटवारी कानूगो DC इंपलाइज जिन्ने मुलाजम ने वो सारे रैली करांगे। असी विधानसभा का जिहड़ा कल नूं सैशन भी स्टार्ट हो रहा उहदे विच भी असी मार्च करांगे, क्योंकि साडियां जिहड़ियां सांझियां मंगां ने उहदे लिए वक्खरा असी संघर्ष आ इह साडा चलदा रहूगा, और जिहड़ा साडा पटवारी ते कानूगो दा उह असी मुलतवी कर। ते हुण तुसीं कल नूं रैली हो रही जी तुहाडी विधानसभा घेरनी है? साडी जिहड़ी तालमेल कमेटी बनी है जी, एक उहदे भी DC दफ्तर इंपलाइज यूनियन दी रेवेन्यू पटवार यूनियन ते कानूगो यूनियन जो साडियां रेवेन्यू डिपार्टमेंट दियां तिन्ने जथेबंदियां ने, तिन्नां दे सांझे मसले सीगे, उह सांझे मसलां नूं लै के असीं सरकार नूं नोटिस दित्ता होया जिहदे विच पुरानी पेंशन बहाली होर साडे सांझे मसले ने इंपलाइज दे, उहदे संबंध साडी 3 तरीक नूं 11 बजे कल नूं YPS चौंक मोहाली विखे रैली आ। रैली तो बाद असीं विधानसभा वल रोस मार्च करांगे, और अगर सानूं कोई सरकार मुख्यमंत्री साहब के लैवल पर कोई सानूं पैनल मीटिंग मिलती है तो असीं उहदे वास्ते अगला जिहड़ा एक्शन आ उह सारे कन्वीनर सलाह करके अगला फैसला लवेंगे। और जो साडा पटवारी ते कानूगो दा संघर्ष सीगा जिहड़ा कि 7 जून तो चल रहा सी, उस संघर्ष नूं असीं सिर्फ मतलब विराम दित्ता इत्थे, और उहदे विच वी जो साडी सॉफ्टवेयर की मंग सारियां मंगां दे उपर खुल के चर्चा हुई आ, और जिहड़ियां साडियां बिल्कुल साडियां मंगां प्रवानगी दे कंडे ने जी, और इन्हां नूं इंप्लीमेंटेशन वास्ते जो समां सीगा बणदा उह असीं दित्ता, और साडी सॉफ्टवेयर की मंग दे उपर तां बिल्कुल इन्हां नाल गल हुई आ कि जिहड़ा मतलब तुरंत DC सभा नूं मैसेज ला दिता जाऊगा भी जिहड़े पटवारी आपदा काम आप करना चाहुंदे ने उह आपदे परसनल लैपटॉप ते जां मतलब कंप्यूटर ते आपदा कर सकदे ने, और साडा प्रवेशन दा मसला सीगा साडा उह वी हल हो गया जी, क्योंकि साडा जिहड़ा जिहड़े साडे 850-850 दे करीब पटवारी सीगे 2016 दे भर्ती उह मतलब अजे प्रवेशन दे विच काम कर रहे सी, उहनां दा प्रवेशन पीरियड 3-2 साल करन वास्ते स्पैशली 890 बंदिआं दा उह साडा जिहड़ा इहदे विच ऐलान होया, और जो साडे कुछ होर मंगां चल रहीआं ने इस तों इलावा साडीआं 14 मंगां सीगीआं, बाकी मंगां दी जिहड़ी कारवाई उह वी उहनां ने मतलब जल्द पूरी करन दा भरोसा दित्ता। शुक्रिया जी बहुत बहुत। सो इस पटवारी एसोसीएशन दे प्रधान हरवेश सिंह टिंडसा जिन्हां ने गल कीती है कि
उन्हां दा जो 7 जून तो रेड़का चल रहा है कानूनगो ते पटवारियों का लोगों के कम रुके हुए थे क्योंकि उन्होंने ओवरबर्डन काम दिता जा रहा है। 1900 पटवारियों तो 4700 पटवारियों का काम कराया जा रहा है। वह सारे मसले उन्होंने हल हो गए हैं, परंतु सरकार नाल जो जिहड़े कामां दी उन्हां दी चर्चा चल रही है उजे तक उत्थे ही खड़े ने। सो कल नूं एक वड्डी रैली करन जा रहे ने मोहाली दे विच, ते उस तों बाद विधानसभा घेरन दा जो इन्हां दी योजना हैगी है ताकि इन्हां दीआं जो मंगां ने उह सरकार मन सके। कैमरामैन सोनी दे नाल सुशील गर्चा, दैनिक सवेरा, मोहाली। अलीशा बेगम, एक औरत का दुख एक औरत ही समझ सकती है। रूहानी ते काली शक्तियां दी मालकन, दुनिया दा सब तो चमत्कारी इल्म मेरे कोल है, मेरे कीते नूं कोई कट नहीं सकदा। काला इल्म करना आते तोड़ना हर एक दे बस दी गल नहीं। परेशानी जिवें लव मैरिज, पति पत्नी च झगड़ा, सौतन दुश्मन तो छुटकारा, तलाक केस, बुरे सपने, विदेश यात्रा, बुरी संगत जां नशा छुड़ाना, बीमारी च दवा ना लगना, वशीकरण एक सच्चाई है। वशीकरण करवाओ, मन चाह प्यार पाओ। की तुहाडी किस्मत च लॉटरी दा योग है जां नहीं, सच्चाई जानो। लॉटरी नंबर पाओ, भावें 649 होवे जां लोटोमैक्स, 11 घंटे च करवाओ हर परेशानी दा हल घर बैठे। अष्टाम पेपर ते लिख के लवो कम दी गारंटी। कहने तो बाहर है, तुरंत संपर्क करो, तुहाडी हर गल गुप्त रखी जाएगी। अलीशा बेगम। वर्ल्ड फेमस बाबा सलीम खान, 21 बार गोल्ड मेडलिस्ट, सारियां थावां तो निराश अते मायूस होने वाले, एक बार फोन जरूर करो, जिवें चाहोगे ओवें होएगा। इट्स माय प्रॉमिस, इमीडिएटली रिजल्ट, ओपन चैलेंज, इल्मा दे माहिर, ए टू जेड समस्यावां दा फोन ते घर बैठे करवाओ हल। वशीकरण अते मुठकरनी, लव मैरिज, सौतन अते दुश्मन तो छुटकारा, पक्का काम पक्का हल, 101% गारंटी, अष्टाम पेपर समेत। सब तो पहला काम करन दा वादा, नौकरी, प्रमोशन, कारोबार च परेशानी, घर च झगड़ा, कोर्ट केस, तलाक, प्रॉपर्टी झगड़ा, पति पत्नी चनपन, जादू टोना, मनमोहनी वशीकरण करवाओ जा तुड़वाओ, रुसे नू मनाओ। हुणे कॉल करो बाबा सलीम खान, 98199 37467।